रेडी ਜਿਲਿਆਂ ਵਾਲਾ ਬਾਗ ਸਾਕੇ ਨੂੰ ਵਾਪਰਿਆ 104 ਬਰੇ ਬੀਜ ਚੁੱਕੇ ਹਨ ਡੰਡੀ ਇੰਨਾ ਸਮਾਂ ਲੰਘ ਜਾਣ ਦੇ باوجود ਅਜੇ ਤੱਕ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ 13 April 1919 ਨੂੰ ਵਿਸਾਖੀ ਵਾਲੇ ਦਿਨ ਬਾਗ ਵਿੱਚ ਜਨਰਲ ਰੀਨਾਲਡ ਐਡਵਰਡ ਹੈਰੀ ਡਾਇਰ ਨੇ ਸਿਪਾਈਆਂ ਵੱਲੋਂ ਕਿੰਨੇ નિર્ਦੋਸ਼ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ ਡੰਡੀ ਉਸ ਦਿਨ ਬਾਗ ਵਿੱਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਲੈ ਕੇ ਮੁੱਢ ਤੋਂ ਵੱਖੋ-ਵੱਖਰੇ ਦਾਅਵੇ ਕੀਤੇ ਜਾਂਦੇ ਰਹੇ ਹਨ ਡੰਡੀ ਹਾਲ ਹੀ ਵਿੱਚ ਪਿਛਲੀ ਪੰਜਾਬ ਸਰਕਾਰ ਨੇ ਆਪਣੇ ਪੱਧਰ ਉੱਤੇ ਸ਼ਹੀਦਾਂ ਦੀ ਅਸਲ ਜ਼ਿੰਦਗੀ ਨੂੰ ਸਾਹਮਣੇ ਲਿਆਉਣ ਲਈ ਯੂਨੀਵਰਸਿਟੀ ਵਿੱਚ ਇੱਕ ਚੇਅਰ ਵੀ ਸਥਾਪਿਤ ਕੀਤੀ ਸੀ ਪਾਰ ਸਾਕੇ ਵਿੱਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਵਾਨ ਵੀ ਭੰਬਲਪੂਸੇ ਵਿੱਚ ਹਨ ਡੰਡੀ ਅਸਲ ਵਿੱਚ ਅੰਗਰੇਜ਼ੀ ਦੌਰ ਖਤਮ ਹੋਣ ਤੋਂ ਬਾਅਦ ਵੀ ਆਜ਼ਾਦ ਭਾਰਤ ਦੀ ਕਿਸੇ ਸਰਕਾਰ ਨੇ ਇਸ ਮਹੱਤਵਪੂਰਨ ਕਾਰਜ ਨੂੰ ਮੁਕੰਮਲ ਕਰਨ ਵਿੱਚ ਕਦੇ ਕੋਈ ਦਿਲਚਸਪੀ ਨਹੀਂ ਦਿਖਾਈ ਜਿਸ ਕਾਰਨ ਸਾਕੇ ਦੇ ਸ਼ਹੀਦ ਅੱਜ ਵੀ ਲੋਕਾਂ ਲਈ ਬੇਨਾਮ ਹਨ ਡੰਡੀ ਉਕਤ ਸਾਕੇ ਦੇ ਚਾਸ਼ਮਦੀਦ ਗਵਾਹਾਂ ਦੇ ਬਿਆਨਾਂ ਮੁਤਾਬਕ ਜਨਰਲ ਡਾਇਰ ਵੱਲੋਂ ਗੋਲੀ ਚਲਾਉਣ ਦਾ ਆਦੇਸ਼ ਦੇਣ ਤੋਂ ਬਾਅਦ ਪਹਿਲੀ ਗੋਲੀ ਮਦਨ ਮੋਹਨ 13 ਸਾਲ ਪੁੱਤਰ ਡਾਕਟਰ ਮਨੀ ਰਾਮ ਨੂੰ ਲੱਗੀ ਜਿਸ ਦਾ ਘਰ ਬਿਲਕੁਲ ਬਾਗ ਦੇ ਨਾਲ ਹੀ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਬਾਗ ਵਿੱਚ ਖੇਡ ਰਿਹਾ ਸੀ ਡੰਡੀ होम मिनिस्टर विभाग रेडी 1919 नंबर 23 डी आर दो दे अनुसार जेपी थॉमसन अते एचडी क्रैक 14 अगस्त 1919 ने दस्या के जनरल डायर ने 200-300 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ ਡੰਡੀ ਹਾਲਾਂਕਿ ਮਿਲਟਰੀ ਰਿਪੋਰਟ ਦੇ ਅਨੁਸਾਰ 200 ਤੋਂ ਵੀ ਘੱਟ ਲੋਕ ਮਾਰੇ ਗਏ ਸਨ ਡੰਡੀ ਸਰਕਾਰੀ ਸੂਤਰਾਂ ਦੇ ਅਨੁਸਾਰ 379 ਲੋਕਾਂ ਦੇ ਮਾਰੇ ਜਾਣ ਅਤੇ 1208 ਦੇ ਜ਼ਖਮੀ ਹੋਣ ਦਾ ਅਨੁਮਾਨ ਹੈ ਡੰਡੀ ਕੁਝ ਹੋਰ ਸੰਸਥਾਵਾਂ ਵੱਲੋਂ ਤਿਆਰ ਕਰਵਾਏ ਗਏ ਅੰਕੜਿਆਂ ਵਿੱਚ ਜ਼ਿਲਿਆਂ ਵਾਲਾ ਬਾਗ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 800 ਤੋਂ ਜ਼ਿਆਦਾ ਦੱਸੀ ਗਈ ਡੰਡੀ ਮਿਸਟਰ ਥਾਮਸਨ ਨੇ ਦੱਸਿਆ ਕਿ ਬਾਗ ਵਿੱਚ ਮਰਨ ਵਾਲਿਆਂ ਦੀ ਗਿਣਤੀ 290 ਤੋਂ ਜ਼ਿਆਦਾ ਨਹੀਂ ਸੀ ਜਦ ਕਿ ਸੇਵਾ ਸਮਿਤੀ ਨੇ ਮਰਨ ਵਾਲਿਆਂ ਦੀ ਗਿਣਤੀ 510 ਦੰਡੀ ਸਮਾਚਾਰ ਪੱਤਰ ਅੰਮ੍ਰਿਤ ਬਾਜ਼ਾਰ ਪੱਤਰਿਕਾ ਕਲਕੱਤਾ ਦੇ 7 ਅਗਸਤ 1919 ਦੇ ਅੰਕ ਅਨੁਸਾਰ ਸਵਾਮੀ ਸ਼ਰਦਾਨੰਦ ਨੇ ਅੰਮ੍ਰਿਤਸਰ ਪਹੁੰਚ ਕੇ ਅੰਕੜਿਆਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 1500 ਦੇ ਲਗਭਗ ਸੀ ਡੰਡੀ ਜਿਲ੍ਹਾਵਾਲਾ ਬਾਗ ਯਾਦਗਾਰੀ ٹرسٹ ਕੋਲ 388 ਸ਼ਹੀਦਾਂ ਦੀ ਸੂਚੀ ਹੈ ਜਦਕਿ ਜਿਲ੍ਹਾਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਕੋਲ 436 ਨਾਵਾਂ ਦੀ ਸੂਚੀ ਹੈ ਡੰਡੀ ਪੰਜਾਬ ਗਵਰਨਮੈਂਟ ਹੋਮ ਮਿਨਿਸਟਰੀ ਪਾਰਟ ਬੀ 1921 ਫਾਈਲ ਨੰਬਰ 139 ਵਿੱਚ 381 ਨਾਵਾਂ ਦਾ ਬੇਰਵਾ ਹੈ ਡੰਡੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਵਾਲਾ ਬਾਗ ਵਿੱਚ 13 ਅਪ੍ਰੈਲ 1919 ਨੂੰ ਸ਼ਹੀਦ ਹੋਣ ਵਾਲੇ ਲੋਕਾਂ ਦੇ ਨਾਵਾਂ ਦੀਆਂ ਉਕਤ ਸਾਰੀਆਂ